ओके ते जे सिल्वर यस ओके ਜੇ ਸਿਲਵਰ ਦੇ ਚਾਂਦੀ ਦੇ ਜੇ ਤੇ ਡਿਪੈਂਡ ਕਰਦਾ ਵਾ ਵੇਟ ਤੇ ਔਰ ਰਿਵਰਸੀਬਲ ਜੈਕਟਾਂ ਵੀ ਹੈ ਜੇ 20,000 ਰੁਪਏ ਦੀ ਕਹਿਣ ਦੇ ਭਾਜੀ ਕੋਟ ਵੀ ਲੱਗੇ ਭਾਜੀ ਕੋ ਆਓ ਮਚ ਬ੍ਰਦਰ 800 ਵਾਸ਼ੇਬਲ ਹੈ ਯੈਸ ਇੱਕ ਵਾਰ ਪਾਣੀ ਸੋਕੇ ਕਰ ਦੇਖੋ ਪਾਣੀ ਪਾਤਾ ਭਾਜੀ ਨੇ ਇੱਕ ਹੀ ਵਾਰ ਮੈਂ ਸੋਕਤਾ ਸੀ ਆ ਇੱਕ 1000 ਚ ਪਾਣੀ ਸੋਖ ਲਿਆ ਸਾਰਾ ਮੇਰੇ ਹੱਥ ਦਾ 250 ਆ 250 ਦਾ ਤੌਲੀਆ ਜੇ ਤੇ ਭਾਜੀ ਕਿਆ ਹੀ ਬਾਤ ਹੈ ਵਿੱਚ ਆ ਕਹੇ ਕੱਪ ਸਟਾਰਬਕਸ ਜੀ ਵਾਲੇ ਵਾਟ ਇਜ਼ ਦਿਸ ਅੱਛੇ ਆੜੀ ਲੇਡੀਜ਼ ਚੱਲ ਗਈ ਜਿਹੜੀ ਉੱਪਰ ਪਾਉਂਦੀ ਹੈ ਨਾ ਟੌਪ ਜਿੱਦਾਂ ਹੁੰਦਾ ਲੋ ਵੀ ਮਿੱਤਰਾ ਘੁੰਮਣ ਦਾ ਬੜਾ ਹੀ ਮਜ਼ਾ ਆਉਣ ਰਿਹਾ ਤੁਹਾਨੂੰ ਨਾ ਹੋਰ ਚੀਜ਼ਾਂ ਖੋਨੇ ਘੈਂਟ ਤੋਂ ਘੈਂਟ ਇੱਕ ਮਿੱਤਰਾ ਸਾਹਮਣੇ ਸੂਟ ਲੱਗੇ ਬੜੇ ਬੜੇ ਸੋਹਣੇ ਸੋਹਣੇ ਤੇ ਆਂਟੀ ਜੀ ਕਰਾਉਣ ਦੇ ਪ੍ਰਾਈਜ਼ ਘੱਟ ਰਾਜਸਥਾਨੀ ਥਾਲੀ ਤੇ ਭਾਜੀ ਥਾਲੀ ਕਿੰਨੇ ਕੀ ਰਾਜਸਥਾਨੀ 250 ਕੀ ਲੋ ਜੀ ਹੁਣ ਆਪਾਂ ਫਿਰ ਆ ਗਏ ਗੱਡੀਆਂ ਵਾਲੇ ਸੈਕਸ਼ਨ 'ਚ ਡਿਸਪਲੇ ਕਿੰਨੀ ਵੱਡੀ ਦਿੱਤੀ ਗੱਡੀ 'ਚ ਦੇ ਹਾਲ ਸੀ ਜੇ ਕਾਊਂਟਰ ਨੰਬਰ 31 ਜੇ ਤੇ ਭਾਈ ਕੋ ਨਾ ਮੈਂ ਅੱਗੇ ਵੇਖਣਾ ਵੀ ਬਹੁਤ ਹੀ ਜ਼ਿਆਦਾ ਆਈਟਮ ਹੈਗੀ ਆ ਹਾਂ ਜੀ ਕਿੱਦਾਂ ਸਾਰੇ ਵੈਲਕਮ ਤੁਹਾਡਾ ਬਹੁਤ ਬਹੁਤ ਮੇਰੇ ਯੂਟਿਊਬ ਚੈਨਲ ਤੇ ਵੀਰ ਮੇਰੇ ਅੱਜ ਅੰਮ੍ਰਿਤਸਰ 'ਚ ਲੱਗਣ ਜਾ ਰਿਹਾ ਜੀ ਮੈਗਾ ਟ੍ਰੇਡ ਫੇਅਰ ਇੰਟਰਨੈਸ਼ਨਲ 2024 ਇਹ ਹੈਗਾ ਜੀ 26 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਇੱਥੇ ਤੁਹਾਨੂੰ ਇੰਟਰਨੈਸ਼ਨਲ ਸ਼ੋਪਸ ਵੇਖਣ ਨੂੰ ਮਿਲਣਗੀਆਂ ਲਾਈਕ ਜਿੱਦਾਂ ਜਵੈਲਰੀ ਦੀਆਂ ਹੋ ਗਈਆਂ ਡੈਕੋਰੇਸ਼ਨ ਦੀਆਂ ਹੋ ਗਈਆਂ ਇਹ ਗੱਡੀਆਂ ਦੀਆਂ ਹੋ ਗਈਆਂ ਉਸ ਤੋਂ ਇਲਾਵਾ ਲਾਈਕ ਆਪਣੇ ਘਰ ਦਾ ਸਮਾਨ ਹੋ ਗਿਆ ਫਰਨੀਚਰ ਵਗੈਰਾ ਜਵੈਲਰੀ ਵਗੈਰਾ ਹੈ ਨਾ ਅਤੇ ਉਹ ਪਿੱਛੇ ਲੱਗਾ ਜੀ ਮੈਗਾ ਟ੍ਰੇਡ ਫੇਅਰ ਹੁਣ ਆਪਾਂ ਚੱਲਦੇ ਹਾਂ ਅੰਦਰ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਲੱਗਿਆ ਵਾ ਅਤੇ ਟਿਕਟ ਹੈਗੀ ਸਿਰਫ 40 ਰੁਪਈਏ ਬਸ ਹੁਣ ਤੁਸੀਂ ਵਲੋਗ ਨਾਲ ਜੁੜੇ ਰਹੋ ਤੁਹਾਨੂੰ ਹੁਣ ਦਿਖਾਉਂਦੇ ਵੀ ਅੰਦਰ ਐਂ ਸਮਾਨ ਵਿਖਾਉਂਦੇ ਵਧੀਆ ਲਓ ਜੀ ਸਵੇਰ ਦੇ ਵਜੇ 11 ਅਤੇ ਹੁਣ ਅਸੀਂ ਚੱਲਦੇ ਹਾਂ ਜੀ ਅੰਦਰ ਮੈਗਾ ਟ੍ਰੇਡ ਫੇਅਰ 2024 ਸਭ ਤੋਂ ਪਹਿਲਾਂ ਐਂਟਰੀ ਟਿਕਟ ਕਾਊਂਟਰ ਲਓ ਵੀਰ ਮੇਰੇ ਐਂਟਰੀ 'ਤੇ ਲੱਗੀਆਂ ਬੜੀਆਂ ਬੜੀਆਂ ਸੋਹਣੀਆਂ ਕਾਰਾਂ ਅਤੇ ਉਹਦੇ ਬੰਨੇ ਲੱਗੇ ਟੈਂਟ ਅਤੇ ਅਜੇ ਥੋੜ੍ਹਾ ਖਾਲੀ ਖਾਲੀ ਆ ਅਤੇ ਹੁਣ ਚਲੋ ਅਸੀਂ ਚੱਲਦੇ ਹਾਂ ਅੰਦਰ ਲਓ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਨਾ ਡਰਾਈ ਫਰੂਟ ਵੇਖੀਏ ਅਫਗਾਨਿਸਤਾਨ ਦੇ ਲੱਗੇ ਆ ਆ ਕਿੰਨੀ ਤਰ੍ਹਾਂ ਡਰਾਈ ਫਰੂਟ ਹੈਗੇ ਆ ਮਿਕਸ ਆ ਬਦਾਮ ਦੀਆਂ ਗਿਰੀਆਂ ਆਹ ਪਤਾ ਨਹੀਂ ਕੀ ਆ ਭਾਜੀ ਆ ਕੀ ਆ ਇਹ ਕਿਆ ਹਾਂਜੀ ਅੱਛਾ ਔਰ ਇਹ ਕਿਆ ਹੈ ਪੁਰਾਣੀ ਵੱਖਰੀ ਚੀਜ਼ ਆ ਯਾਰ ਆਹ ਮੁੰਡਾ ਆ ਗਿਆ ਦੱਸਦਾ ਵਾਟ ਇਜ਼ ਦਿਸ ਅੱਛੇ ਹਾਓ ਮਚ ਹਾਂਜੀ 6,000 6,000 ਰੁਪਏ ਕਿਲੋ ਜੀ ਅਤੇ ਹੋਰ ਵੀ ਡਰਾਈ ਫਰੂਟਸ ਬਹੁਤ ਲੱਗਿਆ ਤੁਸੀਂ ਚੈੱਕ ਕਰੋ ਕਿੰਨੇ ਹੀ ਲੱਗੇ ਆ ਆਹ ਜੇ ਡਰਾਈ ਫਰੂਟ ਅਸੀਂ ਪੁਰਾਣੀ ਕੀ ਖਾਈ ਜਾਣ ਡੇ ਹਾਂ ਤੁਹਾਨੂੰ ਹੋਰ ਦਿਖਾਉਂਦਾ ਚੀਜ਼ਾਂ ਵਿੱਚ ਕਈ ਆਹ ਕਣੀਆਂ ਘੈਂਟ ਜੇ ਵੀ ਚੈੱਕ ਕਰੋ ਤੁਸੀਂ ਕਿਆ ਬਾਤ ਹੈ ਇਹ ਵੀ ਸ਼ਹਿਦ ਹੈ ਇਹ ਕਿਤਨੇ ਕਾ 1200 ਕਾ 1200 ਦਾ ਸ਼ਹਿਦ 1200 ਕਾ ਕਿਆ ਇਸਮੇ ਇਤਨਾ ਮਹਿੰਗਾ ਕਿਉਂ ਹਾਂਜੀ ਆਧਾ ਕਿਲੋ ਕੁਆਂਟਿਟੀ ਕੇ ਹਿਸਾਬ ਸੇ ਨਹੀਂ ਜੋ ਜਿਸ ਜੈਸੇ ਬਾਜ਼ਾਰ ਮੇਰੇ ਸਸਤਾ ਮਿਲਤਾ ਹੈ ਆਧਾ 1500 ਇਸਕੀ ਖਾਸੀਅਤ ਕਿਆ ਹੈ ਇਹ ਸਰ ਇਹ ਪਹਾੜੀ ਹਨੀ ਹੈ ਹਾਂਜੀ ਪਹਾੜੀ ਹਨੀ ਪਹਾੜੀ ਹਨੀ ਹੈ ਅੱਛਾ ਇਹ ਮਹਿੰਗਾ ਹੁੰਦਾ ਪਹਾੜੀ ਵਾਲਾ ਹੈ ਨਾ ਇਹ ਸਨ ਰੋਸ ਕਾ ਹੈ ਅੱਛਾ ਅੱਛਾ ਆ ਮਿੱਤਰੋ ਆ ਚੈੱਕ ਕਰੋ ਹਨੀ 1500 ਰੁਪਏ ਆਧਾ ਕਿਲੋ ਨਾ ਅੱਧਾ ਕਿਲੋ 1500 ਰੁਪਏ ਦਾ ਔਰ ਇਹ ਕਿਆ ਹੈ ਖਜੂਰ ਆਹ ਤੁਸੀਂ ਖਜੂਰ ਚੈੱਕ ਕਰੋ ਇਹ ਕਿੱਦਾਂ ਕਿਲੋ 2500 ਉਹ ਤੇਰੀ ਭਲੀ ਹੈ ਖਜੂਰ 2000 ਰੁਪਏ ਕਿਲੋ ਇਹ ਬਾਤ ਹੈ ਬਟ ਅਸਲੀ ਡਰਾਈ ਫਰੂਟ ਹੁੰਦਾ ਆਹੀ ਜੀ ਉਸ ਤੋਂ ਇਲਾਵਾ ਤੁਹਾਨੂੰ ਬਾਜ਼ਾਰ ਦਿਖਾਉਂਦੇ ਹਾਂ ਰਿੰਗਸ ਵੀ ਲੱਗੀਆਂ ਲੇਡੀਜ਼ ਦੀਆਂ ਆਹ ਕੱਪੜੇ ਚੈੱਕ ਕਰੋ ਕੱਪੜੇ ਵੀ ਹੈਗੇ ਜੀ ਇਹ ਲੇਡੀਜ਼ ਲੱਗਣ ਡੇ ਮੈਨੂੰ ਆਹ ਵੀ ਹੈਗੇ ਜੀ ਲੇਡੀਜ਼ ਪਰਸ ਇੱਕ ਆਹ ਤੁਸੀਂ ਚੈੱਕ ਕਰੋ ਬਾਜਰਾ ਭੁਰੀਏ ਭਰੀਏ ਕਿੰਨੇ ਤਰ੍ਹਾਂ ਦੇ ਇਹ ਕਿਆ ਭਈਆ ਹਾਂਜੀ ਬਨਾਨਾ ਚਿਪਸ ਇਸਕਾ ਕਿਆ ਰੇਟ ਹੈ 150 ਰੁਪਏ ਦਾ 250 ਗ੍ਰਾਮ 150 ਕਾ 250 ਗ੍ਰਾਮ ਅੱਛਾ ਆਈਟਮ ਵਾਹ ਵਾਹ ਲੱਗੀਆਂ ਇੱਥੇ ਹੈ ਅੱਛਾ ਬੰਦ ਪੈਕਟ ਵੀ ਮਿਲ ਜਾਏਗਾ ਇਸਕਾ 1 ਕੇਜੀ ਕਾ ਕਿਆ ਬਾਤ ਹੈ ਆਈਟਮਾਂ ਤਾਂ ਬਹੁਤ ਲੱਗੀਆਂ ਮਿੱਤਰੋ ਇੱਕ ਆ ਵੀ ਨਾ ਸਾਡੀ ਲੇਡੀਜ਼ 'ਚ ਲੱਗੀ ਜਿਹੜੀ ਉੱਪਰ ਪਾਉਂਦੀ ਹੈ ਨਾ ਟੌਪ ਜਿੱਦਾਂ ਹੁੰਦਾ ਭਈਆ ਜੀ ਇਹ ਕਿਤਨੇ ਕਾ ਯਾਰ ਜੀ ਟੌਪ 'ਚ ਹੈਂ ਕਿਤਨੇ ਕਾ 1500 ਕਾ ਓਏ ਹੋਏ ਹੋਏ ਕਿਆ ਬਾਤ ਹੈ
ਤੇ ਕਾਵੀ ਹੈਗੇ ਜੇ ਥੱਲੇ ਇਹ ਕੀ ਹੁੰਦਾ ਹੈ ਇਹ ਤੇ ਵੀ ਮੈਂ ਕਿਹਾ ਨਹੀਂ ਬੋਲਣਾ ਇਹ ਕਿਤਨੇ ਦਾ ਹੈ ਇਹ 1000 ਦਾ ਪੇਅਰ ਹੈ 1000 ਦਾ ਪੇਅਰ ਹੈ ਆ 1000 ਰੁਪਏ ਦਾ ਪੇਅਰ ਜੇ ਮਿੱਤਰੋ ਆਈਟਮਾਂ ਵਾਵਾ ਲੱਗੀਆਂ ਵਾ ਇੱਕ ਨਾ ਆ ਵੀ ਇੱਥੇ ਵੀ ਟ੍ਰੈਫਿਕ ਰੋਡ ਸੋਹਣੇ ਹੈਗੇ ਭਈਆ ਇਹ ਦਿਸ ਇਜ਼ ਵਾਟ ਇਜ਼ ਦਿਸ ਜ਼ਾਫਰਾਨ ਕਿਆ ਜ਼ਾਫਰਾਨ ਹਾਊ ਮੱਚ 500 500 ਦਾ ਇਹ ਮੇਰੇ ਹਿਸਾਬ ਨਾਲ ਉਹ ਜੇ ਯਾਰ ਮੈਨੂੰ ਨਾ ਭੁੱਲ ਗਿਆ ਜੇ ਜ਼ਾਫਰਾਨ ਕਹਿਣ ਦੇ ਜੀ ਉਹ ਜਿਹੜਾ ਭਾਈ ਦਾ ਦੁੱਧ ਤੇ ਯਾਰ ਆਪਾਂ ਉਹਨੂੰ ਨਾ ਭੁੱਲ ਗਿਆ ਜੀ ਚਲੋ ਕੋਈ ਨਹੀਂ ਅਤੇ ਇੱਕ ਆ ਹਾਊ ਮੱਚ ਇਹ ਕਿੱਦਾਂ 2000 ਰੁਪਏ ਅੱਛਾ ਇਹ 2000 ਰੁਪਏ ਦਾ ਇੱਕ ਨਾ ਜੀ ਚਲੋ ਲੈਂਗੁਏਜ ਸਮਝ ਆਉਂਦੀ 2000 ਰੁਪਏ ਕਿਲੋ ਜੀ ਆਈਟਮਾਂ ਵਾਹਵਾ ਲੱਗੀਆਂ ਕਾਫੀ ਲੱਗੇ ਜੇ ਹਾਊਸ ਹੋਲਡ ਘਰਾਂ ਦੇ ਕਹਿ ਲਓ ਕੱਪ ਕੁੱਪ ਜੇ ਆ ਸੋਹਣੇ ਹੈਗੇ ਵੈਸੇ ਪੀਸ ਆ ਵੀ ਕੱਪ ਕੁੱਪ ਸੋਹਣੇ ਜੇ ਭਈਆ ਹਾਊ ਮੱਚ ਹਾਂਜੀ 500 ਇਹ 500 ਦਾ ਜੇ ਦਿਸ ਇਜ਼ 350 ਆ ਘਰੇ ਕੱਪ ਸਟਾਰਬਕਸ ਜੀ ਵਾਲੇ ਇਹ 350 ਦਾ ਇੱਕ 350 350 ਓਕੇ ਇਹਦੇ ਲੈਂਗੁਏਜ ਬਦਲ ਜਾਂਦੀ ਬੰਦੇ ਦੀ ਆ ਕੇ ਵਾਹਵਾ ਸਮਾਨ ਲੱਗਾ ਨਾ ਕੋਈ ਅਸੀਂ ਚੈੱਕ ਕਰੋ ਘਰ ਦਾ ਵੀ ਇੱਕ ਨਾ ਆ ਵੀ ਮਿੱਤਰੋ ਬੈਗ ਜੇ ਲੱਗੇ ਜੇ ਕਿੱਡੇ ਸੋਹਣੇ ਬੈਗ ਆ ਹਾਊ ਮੱਚ ਬ੍ਰਦਰ 800 ਵਾਸ਼ੇਬਲ ਹੈ ਯੈਸ ਸਰ ਦਿਸ ਇਜ਼ ਨਾ 800 ਰੁਪਏ ਦਾ ਹੈਗਾ ਜੀ ਬੈਗ ਇਹਦੇ 'ਚ ਕਲਰ ਵੀ ਹੈਗੇ ਜੀ ਹੋਰ ਅਸੀਂ ਚੈੱਕ ਕਰੋ ਔਰ ਦਿਸ ਮੈਟ ਬ੍ਰੋ ਪਿਲੋ ਕਵਰ ਹੈ ਅੱਛਾ ਪਿਲੋ ਕਵਰ ਇਹ ਕਿਤਨੇ ਦਾ ਅੱਛਾ 500 ਪੇਅਰ ਹੈ 900 ਪੇਅਰ ਆ ਵਾਟ ਇਜ਼ ਦਿਸ ਟੇਬਲ ਰਨਰ ਟੇਬਲ ਯੈਸ ਟੇਬਲ ਰਨਰ ਸਰ ਆ ਇਹ ਕਾਜ ਤੀ ਚੈੱਕ ਕਰੋ ਟੇਬਲ ਦੇ ਵਿਛਾਉਣ ਵਾਲਾ ਹਾਊ ਮੱਚ 1800 ਦਿਸ ਇਜ਼ ਨੈਗੋਸ਼ੀਏਬਲ ਔਰ ਨਾਟ ਯੈਸ ਯੈਸ ਸਰ ਨੈਗੋਸ਼ੀਏਬਲ ਓਕੇ ਬ੍ਰੋ ਆਵਾ ਕੁਛ ਲੱਗੇ ਆ ਆ ਪੋਰਟ ਪਾਰਟ ਜੀ ਵੀ ਲੱਗੇ ਆ ਹੁਣ ਅੱਜ ਜਵੈਲਰੀ ਪੁੱਛੀਏ ਆਪਾਂ ਜਵੈਲਰੀ ਵੀ ਲੱਗੀ ਬੜੀ ਸੋਹਣੀ ਬ੍ਰਦਰ ਹਾਊ ਮੱਚ ਦਿਸ ਯੈਸ ਸਰ ਦਿਸ ਵਨ ਦਿਸ ਆਰ ਡਿਪੈਂਡਿੰਗ ਔਨ ਵੇਟ ਸਿਲਵਰ ਪਿਓਰ ਸਿਲਵਰ ਹਾਊ ਮੱਚ ਡਿਪੈਂਡਿੰਗ ਔਨ ਦਾ ਵੇਟ ਡਿਪੈਂਡਿੰਗ ਔਨ ਦਾ ਵੇਟ ਓਕੇ ਸਟਾਰਟਿੰਗ ਰੇਂਜ 5000 4000 3000 ਓਕੇ ਦਿਸ ਇਜ਼ ਸਿਲਵਰ ਯੈਸ ਓਕੇ ਇਹ ਸਿਲਵਰ ਦੇ ਚਾਂਦੀ ਦੇ ਜੇ ਇਹ ਡਿਪੈਂਡ ਕਰਦਾ ਵਾ ਵੇਟ ਤੇ ਕਿ ਕਿੰਨੇ ਦੀ ਹਨਾ ਹੈਗੀ ਆ ਉਸ ਹਿਸਾਬ ਨਾਲ ਫਿਰ ਆਈਟਮਸ ਵਾਵਾ ਲੱਗੀਆਂ ਇਹਨਾਂ ਕੋਲ ਲਓ ਵੀ ਮਿੱਤਰੋ ਘੁੰਮਣ ਦਾ ਬੜਾ ਹੀ ਮਜ਼ਾ ਆਉਣ ਡਿਆ ਤੁਹਾਨੂੰ ਨਾ ਹੋਰ ਚੀਜ਼ਾਂ ਵਿਖਾਉਂਦੇ ਘੈਂਟ ਤੋਂ ਘੈਂਟ ਕਿਉਂਕਿ ਸਮਾਨ ਨਾ ਸਾਰਾ ਇੱਥੇ ਘੈਂਟ ਹੀ ਆ ਸ਼ੋਪ 'ਚ ਵਾਹਵਾ ਲੱਗੀਆਂ ਵਾ ਅਤੇ ਜੇ ਮੈਂ ਸਵੇਰੇ ਟਾਈਮ 'ਤੇ ਆਵਾਂ ਅਤੇ ਕੁਛ ਸ਼ੋਪਸ ਓਪਨ ਹੋਈਆਂ ਅਤੇ ਕੁਛ ਨਹੀਂ ਹੋਈਆਂ ਅਤੇ ਅੱਜ ਚਲੋ ਇੱਕ ਦਿਨ ਹੋਇਆ ਵਾ ਲੱਗੇ ਇਹਨੂੰ ਹੋਰ ਰਸ਼ ਪੈਣਾ ਇੱਥੇ ਜੇ ਲਓ ਮਿੱਤਰੋ ਨਾਲ ਕੋਈ ਜੈਕਟਾਂ ਹੋਈਆਂ ਜੇ ਭਾਅ ਜੀ ਕਿੰਨੇ ਦੀ ਜੈਕਟ ਹਾਊ ਮੱਚ 1000 ਰੁਪਏ ਤੋਂ ਸਟਾਰਟ ਜੀ ਜੈਕਟ ਅਸੀਂ ਚੈੱਕ ਕਰੋ ਕਲਰ ਵੀ ਚੰਗਾ ਜੈਕਟ ਦਾ ਅਤੇ ਕੱਪੜਾ ਵੀ ਚੰਗਾ ਜੈਕਟ ਦਾ ਯਾਰ ਇਹ ਕਾਫੀ ਥੱਲੇ ਵੀ ਪੀਸ ਘੈਂਟ ਪਿਆ ਜੀ ਕਿਹੜਾ ਅੱਛਾ ਰਿਵਰਸੀਬਲ ਜੈਕਟਾਂ ਵੀ ਜੀ 20000 ਰੁਪਏ 1000 ਰੁਪਏ ਦੀ ਕਹਿਣ ਦੇ ਭਾਅ ਜੀ ਕੋਟ ਵੀ ਲੱਗੇ ਭਾਅ ਜੀ ਕੋ ਅਸੀਂ ਚੈੱਕ ਕਰੋ ਜੈਕਟਾਂ ਘੈਂਟ ਆ ਇਹ ਕੋਟ ਇਹ 1500 ਕਾ ਹੈ ਕੋਟ 1500 ਦਾ ਲੇਡੀ ਇਹ ਲੇਡੀਜ਼ ਹੈ ਨਾ ਇਹ ਲੇਡੀਜ਼ ਕੋਟ ਹੈ ਇਹ 1500 ਕਾ ਹੈ ਠੀਕ ਹੈ ਠੀਕ ਲਓ ਜੀ ਇੱਥੇ ਵੀ ਬੜੇ ਬੜੇ ਸੋਹਣੀਆਂ ਨਾ ਇਹ ਬੈੱਡ ਸ਼ੀਟ ਹੈ ਬ੍ਰਦਰ ਸਿੰਗਲ ਬੈੱਡ ਸ਼ੀਟ ਹੈ ਸਿੰਗਲ ਬੈੱਡ ਸ਼ੀਟ ਹੈ ਪਾਪਾ ਯੂਜ਼ ਕਰਨੇ ਕਾ ਉਹਨੇ ਵਿਛਾਣੇ ਦੋਨੋਂ ਕੰਮ ਕਾ ਹੋਤਾ ਅੱਛਾ ਜੀ ਦੋਨੋਂ ਸਾਈਜ਼ ਤੇ ਰਿਵਰਸੇਬਲ ਹੈ ਕਲਰ ਫਾਸਟ ਹੈਗਾ ਨਾ ਸ਼ਿੰਕ ਹੋਤਾ ਨਾ ਬਬਲ ਸਰ ਹਾਂਜੀ ਹਾਂਜੀ ਗੁੱਡ ਕੁਆਲਿਟੀ ਹੋਏ ਲੌਂਗ ਟਾਈਮ ਰਹੇਗਾ ਬਹੁਤ ਸਟਰੋਂਗ ਹੁੰਦਾ ਹੈ ਸਰ ਇਹ ਹਾਊ ਮੱਚ ਬ੍ਰਦਰ ਕਿੰਨੇ ਦਾ ਇਸ ਤੋਂ 550 ਰਹੇਗਾ 550 ਜੀ ਜੀ 550 ਦੀ ਚਾਦਰ ਜੀ ਮਿੱਤਰੋ ਤੇ ਮੈਂ ਨਾ ਕਿਹਾ ਹੀ ਬਾਹਰ ਚਾਦਰ ਜੀ ਦੋਨਾਂ ਸਾਈਡ ਰਿਵਰਸੀਬਲ ਇੱਕੋ ਜਿਹਾ ਹੈਗਾ ਜੀ ਰੰਗ ਜੀ ਇੱਧਰਲਾ ਬੰਨਾ ਗੰਦਾ ਹੋ ਜੇ ਹਨਾ ਇੱਧਰਲਾ ਬੰਦਾ ਉਸ਼ਾਹ ਛੱਡ ਦੇ ਇਹ ਡਬਲ ਬੈਡ ਕਾ ਹੈ ਇਹ ਡਬਲ ਬੈਡ ਕਿਤਨੇ ਕਾ 950 ਦਾ 850 ਦਾ ਪੈ ਜੂਗਾ ਆ ਤੁਸੀਂ ਚੈੱਕ ਕਰੋ ਡਬਲ ਬੈਡ ਸ਼ੀਟ ਦੀ ਚਾਦਰ ਤੇ ਰੰਗ ਦੋਵੇਂ ਬੰਨੇ ਉਦਾਂ ਹੀ ਜੇ ਆਪਾਂ ਦੋਵੇਂ ਬੰਨੇ ਵਰਤ ਸਕਦੇ ਹਾਂ ਟਾਵਲ ਅੱਛਾ
टावल भी है जी। एक ही बार पानी सोखेगा भाई ने, एक ही बार में सोखता है। 21,000 पानी सोख ला सारा मेरे हाथ लगा लो। बहुत छोटा होता है, हाँ लाइट वेट होता है, लाइट वेट है जी। हाउ मच ब्रदर इसका प्राइस क्या है? हाँ जी 250 तौलिया जी। तो भाजी क्या ही बात है, चेक करो तुम एक बार चुपूंगी ना सारा कुछ ना, कोई डिजाइन डिजूइन भी है जी। और क्या ही बात है, बाबा बाबा ठीक है। ओके ब्रदर ओके। एक मित्र सामने सूट लगे बड़े बड़े सोहने सोहने, तो आंटी जी कराउंडे प्राइस घट, नैगोशिएबल भी हो जाता जी, इदा की कोई गल नहीं गी। तो जी हूँ आप फिर आ गए गड्डिया सैक्शन च, तो इन्हें ना होंडा वाले की गड्डी एक आई नवी एलीवेट, तुहानू ये दिखाने आप अंदरों। लो जी सब तो पहले तुम गड्डी चेक करो, डिस्प्ले किन्नी वड्डी दी गड्डी च, होंडा की एलीवेट गड्डी आ। तो यह ना 14 लाख तो लैके तो 18 लाख तक जाती है। आप बैठे हाँ टॉप मॉडल च। ये ना एक होर फीचर हैगा जी, ये ना अडास हैगा लैवल 2। हमने मैं भाई तो पुछा तो अडास हैगा ये लैवल 2, तो गड्डी ना बहुत ही मैं घेंट लगन दी कंफर्टेबल। तो बैक भी चैक करो गड्डी की, गड्डी सोहनी गड्डी आ, तो सनरूफ भी है जी। होर फीचर तो है, पर एक होर फीचर जो घेंट आ तुम चैक करो, पैड पैडल शिफ्ट भी है जिस। मैं ना गड्डी तो पूरी यूनीक बनाई इन्होंने होंडा वाले ने वैसे तो नाल मैंने इधर लगी अपने होंडा वाले की होंडा सिटी, तो इधर लगी आ जी अमेज। आप सरदार जी को आए हैं ना, को प्रोडक्ट है बहुत ही वधिया भाजी आ गई है। ਸਤਿ ਸ਼੍ਰੀ ਅਕਾਲ ਭਾਜੀ, ਇਹ ਸਾਡੀ ਟੂਥਪੇਸਟ ਆ, ਡੀਐਕਸਐਨ ਕੰਪਨੀ ਦਾ ਹੈਗਾ। ਹਾਂਜੀ, ਇਹ ਟੂਥਪੇਸਟ ਜਿਹੜੀ ਹੈ ਟੋਟਲ ਨੈਚੁਰਲ ਹੈ, ਇਹਦੇ ਵਿੱਚ ਮਤਲਬ ਕੋਈ ਇਹੋ ਜਿਹਾ ਇਨਗਰੀਡੀਐਂਟ ਨਹੀਂ ਹੈਗਾ ਜਿਹੜਾ ਕਿ ਕੈਮੀਕਲ ਬੇਸਡ ਹੋਵੇ। ਅੱਛਾ ਜੀ, ਇਹ ਇੰਨੀ ਸੇਫ ਹੈ ਕਿ ਤੁਸੀਂ ਖਾ ਸਕਦੇ ਹੋ। ਅੰਡਾ ਤੱਤਾ ਲੱਗਣਾ ਸੈਂਸਿਟਿਵ ਟੂਥ ਦੇ ਉੱਤੇ, ਮੂੰਹ ਦੇ ਵਿੱਚ ਹੋਰ ਕੋਈ ਓਰਲ ਪ੍ਰੋਬਲਮ ਆ ਉਹਦੇ ਉੱਤੇ ਦਾ ਬਹੁਤ ਵਧੀਆ ਰਿਜ਼ਲਟ ਨੇ। ਔਰ ਇੱਕ ਵਾਰ ਜਿਹੜੇ ਬੰਦੇ ਨੇ ਯੂਜ਼ ਕੀਤੀ ਜ਼ਿੰਦਗੀ 'ਚ ਇਹ ਦੂਸਰੀ ਟੂਥਪੇਸਟ ਯੂਜ਼ ਕਰਨੀ ਭੁੱਲ ਜਾਏਗਾ, ਇੰਨਾ ਸਾਡਾ ਦਾਅਵਾ ਹੈਗਾ ਇਹਦੇ। ਲਓ ਜੀ ਇਹ ਟੂਥਪੇਸਟ ਭਾਈ ਨੇ ਵਿਖਾਈ, ਬਹੁਤ ਹੀ ਵਧੀਆ ਇੱਕ ਪ੍ਰੋਡਕਟ ਭਾਈ ਕੋ, ਬਹੁਤ ਵਧੀਆ ਵਾ। ਆਹ ਦੇਖੋ ਸੇਮ ਬੈਂਬੂ ਬ੍ਰਸ਼ ਵੀ ਹੈਗਾ, ਬੈਂਬੂ ਬ੍ਰਸ਼। ਹਾਂਜੀ ਹਾਂਜੀ, ਅੱਛਾ ਅੱਛਾ, ਇਹਦਾ ਡੰਡੀ ਇਹ ਲੱਕੜੀ ਦੀ ਬਣੀ ਹੋਈ ਹੈ, ਬੈਂਬੂ ਦੀ। ਹਾਂਜੀ ਹਾਂਜੀ, ਬੈਂਬੂ ਆਂਦੀ। ਹਾਂਜੀ ਹਾਂਜੀ, ਇਹ ਜਿਹੜੇ ਬ੍ਰਿਸਟਲ ਨੇ ਵੀ ਪਲਾਸਟਿਕ ਦੇ ਨਹੀਂ ਹੈਗੇ। ਅੱਛਾ ਜੀ, ਇਹ ਹੰਡੋਲੇ ਤੇ ਹੈ, ਕੋਸਟਲ ਆਇਲ ਦੇ ਜਿਹੜਾ ਕੋਸਟਲ ਦੇ ਬੀਜ ਹੁੰਦੇ ਆ ਉਹਦੀ ਫਾਈਬਰ ਦੇ ਬਣੇ ਹੋਏ ਆ। अगरबत्तियां आयुर्वेदिक चाह दिखाओ भाजी। आयुर्वेदिक चीज कोई भी बेस्ट ही शरीर बॉडी बिल्कुल। प्राइस पाई चाह खान पीन का भी इतने राजस्थानी थाली, थाली कितने की राजस्थानी? 250 की, 250 की थाली। क्या दोगे इसमें? दाल बाटी, दाल बाटी चूरमा, गट्टे की सब्जी, हलवा। अच्छा, काफी कुछ दोगे हैं? एक थाली मित्रों, थाली आंदे 250 रुपए की राजस्थानी। ते कचौड़ियां? हां जी कचौड़ी तैयार हो रही है, मिर्च तैयार, कचौड़ी भी है, कचौड़ी भी है, कचौड़ी भी है। क्या बात है, आइटम वाहवा रखी इन्होंने। अगे होर भी लगे जी, मोमोस, चांप, पनीर टिक्का, काफ़ी कुछ लगा खाने पीने वास्ते भी। मित्रों आज झूठे भी लगे जी बच्चों वास्ते, तो आ बच्चों का डे खेडन, तो इधरली साइड भी लगा है झूठा, लगे झूठे बच्चे लैन दे पंगे पंगे पूरे हैं। लो जी हूँ ही आ गए जी बाहर नू ट्रेड फेयर तो, तुहानूं मैं लोकेशन भी दस दिंदा। लोकेशन हैगी आ जी रणजीत एवेन्यू दुशहरा ग्राउंड, तो सवेरे 11 तो लैके रात 9 बजे तक लगा हुंदा जी। जरूर विजिट करो,
तो तुहानू घंट तो घंट चीज़ आप विखाती मिले जाए जी। कई कुछ मैं कवर नहीं किया क्योंकि ब्लॉग हो जाता बहुत लंबा, तो ब्लॉग में लाइक कमेंट शेयर करना ना भुल्यो। तो अज का ब्लॉग साढ़े फिनिशिंग का वाल मिलते एक नवे ब्लॉग के नाल।